ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਅਮੀਰ ਸੱਭਿਆਚਾਰ, ਪੰਜਾਬੀ ਸੱਭਿਆਚਾਰ ਦੀ। ਕਿਸੇ ਵੀ ਦੇਸ਼ ਦਾ ਸੱਭਿਆਚਾਰ ਉੱਥੋਂ ਦੇ ਲੋਕਾਂ ਦੀ ਵਿਚਾਰਧਾਰਾ, ਸੰਸਕ੍ਰਿਤੀ ਅਤੇ ਰੀਤੀ ਰਿਵਾਜ਼ਾਂ ਨੂੰ ਦਰਸਾਉਂਦਾ ਹੈ। ਪੰਜਾਬੀਆਂ ਦੇ ਲੋਕਾਂ ਦੇ ਜੋ ਸੁਭਾਅ ਹਨ ਉਹ ਬਹੁਤ ਹੀ ਖੁਸ਼ ਮਿਜਾਜ਼ ਅਤੇ ਉਮੰਗ ਭਰੇ ਸੁਭਾਅ ਹਨ, ਉਹ ਬਹੁਤ ਹੀ ਜੋਸ਼ੀਲੇ ਸੁਭਾਅ ਦੇ ਹਨ, ਮਿਲਾਪੜੇ ਸੁਭਾਅ ਦੇ ਹਨ। ਇੱਥੇ ਲੋਕ ਇੱਕ ਦੂਸਰੇ ਦੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਪੰਜਾਬੀਆਂ ਦੇ ਮੇਲੇ ਅਤੇ ਤਿਉਹਾਰ ਪੰਜਾਬੀਆਂ ਦੇ ਸੱਭਿਆਚਾਰ ਨੂੰ ਹੋਰ ਵੀ ਰੰਗਲਾ ਬਣਾਉਂਦੇ ਹਨ ਅਤੇ ਪੰਜਾਬ ਬਣ ਜਾਂਦਾ ਹੈ ਰੰਗੀਲਾ ਪੰਜਾਬ, ਰਾਈਟ। ਤਾਂ ਮੇਲੇ ਜੋ ਹਨ ਉਹ ਲੋਕਾਂ ਦਾ ਮੇਲ ਕਰਵਾਉਂਦੇ ਹਨ। ਵੱਡੀ ਗਿਣਤੀ ਦੇ ਵਿੱਚ ਲੋਕ ਹੁੰਮ ਹੁਮਾ ਕੇ ਮੇਲਿਆਂ ਦੇ ਵਿੱਚ ਪਹੁੰਚਦੇ ਹਨ ਅਤੇ ਆਪਣੀ ਖੁਸ਼ੀ ਨੂੰ ਪ੍ਰਗਟ ਕਰਦੇ ਹਨ, ਆਪਣੀ ਖੁਸ਼ੀਆਂ ਮਨਾਉਂਦੇ ਹਨ, ਰਾਈਟ। ਤਾਂ ਪੰਜਾਬੀਆਂ ਦੀ ਜੋ ਉਹਨਾਂ ਦਾ ਜੋ ਪਹਿਰਾਵਾ ਹੈ, ਮਰਦਾਂ ਦੇ ਵਿੱਚ ਆਪਾਂ ਜਾਣਦੇ ਹੀ ਹਾਂ ਕਿ ਜੋ ਰਵਾਇਤੀ ਪਹਿਰਾਵਾ ਹੈ ਉਹ ਕੁੜਤਾ ਪਜਾਮਾ ਹੈ, ਅਤੇ ਔਰਤਾਂ ਦਾ ਪਟਿਆਲਾ ਸਲਵਾਰ ਸੂਟ ਅਤੇ ਪਟਿਆਲਾ ਸ਼ਾਹੀ ਜੁੱਤੀ ਔਰਤਾਂ ਨੂੰ ਪਹਿਨਣਾ ਬਹੁਤ ਹੀ ਪਸੰਦ ਹੈ, ਅਤੇ ਫੁਲਕਾਰੀ ਦੀ ਤਾਂ ਗੱਲ ਹੀ ਕੁਛ ਹੋਰ ਹੈ। ਅਤੇ ਜੇ ਆਪਾਂ ਪੰਜਾਬੀਆਂ ਦੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਗੀਤ ਸੰਗੀਤ ਮਸ਼ਹੂਰ ਹੈ। ਢੋਲ ਦੀ ਥਾਪ 'ਤੇ ਕੌਣ ਅਜਿਹਾ ਇਨਸਾਨ ਹੈ ਜਿਸਦਾ ਨੱਚਣ ਨੂੰ ਦਿਲ ਨਹੀਂ ਕਰਦਾ? ਢੋਲ ਦੀ ਥਾਪ 'ਤੇ ਤਾਂ ਉਸ ਇਨਸਾਨ ਦੇ ਵੀ ਪੈਰ ਥਿਰਕਣ ਲੱਗਦੇ ਹਨ ਜਿਸਨੂੰ ਨੱਚਣਾ ਹੀ ਨਹੀਂ ਆਉਂਦਾ। ਤਾਂ ਪੰਜਾਬੀਆਂ ਦੇ ਮੇਲਿਆਂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਹੈ ਮੁਕਤਸਰ ਦਾ ਮੇਲਾ। ਮੁਕਤਸਰ ਦਾ ਨਾਮ ਕਿਸ ਤੋਂ ਪਿਆ ਸੀ? ਇਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦਾ ਨਾਮ ਜੋ ਹੈ ਦਿੱਤਾ ਸੀ। 40 ਮੁਕਤਿਆਂ 'ਤੇ ਇਸਦਾ ਨਾਮ ਮੁਕਤਸਰ ਪਿਆ ਸੀ। 40 ਸਿੰਘ ਜੋ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ, ਉਹਨਾਂ ਨੂੰ 40 ਮੁਕਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ। ਤਾਂ ਪੋਹ ਦੇ ਆਖਰੀ ਦਿਨ ਉਹਨਾਂ ਦਾ ਜੋ ਹੈ ਸ਼ਹੀਦੀ ਦਿਵਸ ਹੁੰਦਾ ਹੈ, ਅਤੇ ਅਗਲੇ ਦਿਨ ਮਾਘੀ ਦੇ ਦਿਨ, ਮਕਰ ਸੰਕ੍ਰਾਂਤੀ ਦੇ ਦਿਨ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ ਸੀ। ਤਾਂ ਉਹਨਾਂ ਦੀ ਯਾਦ ਦੇ ਵਿੱਚ ਮੁਕਤਸਰ ਦਾ ਮੇਲਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। 3 ਦਿਨਾਂ ਦੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਹੈ। ਪਹਿਲੇ ਦਿਨ ਸ਼ਰਧਾਲੂ ਜੋ ਉੱਥੇ ਪਵਿੱਤਰ ਸਰੋਵਰ ਹੈ ਉੱਥੇ ਉਸਦੇ ਵਿੱਚ ਇਸ਼ਨਾਨ ਕਰਦੇ ਹਨ। ਉਸ ਤੋਂ ਬਾਅਦ 3 ਗੁਰਦੁਆਰਿਆਂ, ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਟਿੱਬੀ ਸਾਹਿਬ ਅਤੇ ਗੁਰਦੁਆਰਾ ਮੁੱਖ ਵੰਜਨ ਸਾਹਿਬ ਦੇ ਵਿੱਚ ਕੀਰਤਨ ਦੇ ਵਿੱਚ ਲੋਕ ਸ਼ਾਮਿਲ ਹੁੰਦੇ ਹਨ, ਮੱਥੇ ਟੇਕਦੇ ਹਨ। ਗੁਰਦੁਆਰਾ ਰਕਾਬਗੰਜ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਹੋਈ ਸੀ, ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਉੱਤੇ ਤੀਰਾਂ ਦੀ ਵਰਖਾ ਕੀਤੀ ਸੀ, ਅਤੇ ਗੁਰਦੁਆਰਾ ਮੁੱਖ ਵੰਜਨ ਸਾਹਿਬ, ਨਾਮ ਤੋਂ ਹੀ ਜ਼ਾਹਿਰ ਹੈ, ਮੁੱਖ ਵੰਜਨ ਮਤਲਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾਤਣ ਕਰਿਆ ਕਰਦੇ ਸਨ। ਤਾਂ ਇਸ ਦੀ ਬਹੁਤ ਹੀ ਇਤਿਹਾਸਿਕ ਮਹੱਤਤਾ ਹੈ ਮੁਕਤਸਰ ਦੇ ਮੇਲੇ ਦੀ। ਇਸ ਨੂੰ ਮਾਘੀ ਦਾ ਮੇਲਾ ਵੀ ਕਿਹਾ ਜਾਂਦਾ ਹੈ, ਰਾਈਟ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਜਨਵਰੀ ਦੇ ਵਿੱਚ ਮਕਰ ਸੰਕ੍ਰਾਂਤੀ ਦੇ ਦਿਨ ਦੇ ਵਿੱਚ ਇਹ ਮਨਾਇਆ ਜਾਂਦਾ ਹੈ। ਕਿਲ੍ਹਾ ਰਾਏਪੁਰ ਦਾ ਖੇਡ ਮੇਲਾ, ਇਸਨੂੰ ਰੂਰਲ ਓਲੰਪਿਕਸ ਵੀ ਕਿਹਾ ਜਾਂਦਾ ਹੈ। ਕਿਲ੍ਹਾ ਰਾਏਪੁਰ ਲੁਧਿਆਣਾ ਤੋਂ 6 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਉੱਥੇ ਕੁੱਕੜਾਂ ਦੀ ਲੜਾਈ ਕਰਵਾਈ ਜਾਂਦੀ ਹੈ ਅਤੇ ਬਲਦਾਂ ਦੀ ਜੋ ਹੈ ਰੇਸ ਲਗਵਾਈ ਜਾਂਦੀ ਹੈ, ਬਲਦਾਂ ਦੀ ਦੌੜ ਕਰਵਾਈ ਜਾਂਦੀ ਹੈ। ਤਾਂ ਪੰਜਾਬੀਆਂ ਦੀ ਜੋ ਜੋਖਿਮ ਉਠਾਉਣ ਦਾ ਉਹਨਾਂ ਦਾ ਜੋ ਸੁਭਾਅ ਹੈ ਉਸਨੂੰ ਇਹ ਦਰਸਾਉਂਦਾ ਹੋਇਆ ਕਿਲ੍ਹਾ ਰਾਏਪੁਰ ਦਾ ਖੇਡ ਮੇਲਾ, ਇੱਥੇ ਕੁਸ਼ਤੀ ਵਗੈਰਾ ਵੀ ਕਰਵਾਈ ਜਾਂਦੀ ਹੈ। ਜਰਗ ਦਾ ਮੇਲਾ, ਜਰਗ ਦਾ ਮੇਲਾ ਗੋਡੈਸ ਸ਼ੀਤਲਾ ਮਾਤਾ ਦੇ ਸਨਮਾਨ ਦੇ ਵਿੱਚ ਮਨਾਇਆ ਜਾਂਦਾ ਹੈ, ਰਾਈਟ। ਵੈਸੇ ਇਹ ਪਾਇਲ ਤਹਿਸੀਲ ਦੇ ਪਿੰਡ ਜਰਗ ਵਿਖੇ ਇੱਥੇ ਮੇਲਾ ਲੱਗਦਾ ਹੈ, ਅਤੇ ਜੋ ਮੱਥਾ ਟੇਕਿਆ ਜਾਂਦਾ ਹੈ, ਇਸਨੂੰ ਬੀਬੜੀਆਂ ਦਾ ਮੱਥਾ ਟੇਕਣਾ ਤੁਸੀਂ ਸੁਣਿਆ ਹੋਏਗਾ। ਅਗਰ ਤੁਸੀਂ ਮਤਲਬ ਇਹ ਮਾਲਵਾ ਜਾਂ ਪੁਆਧ ਦੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤਾਂ ਸੁਣਿਆ ਹੋਏਗਾ ਕਿ ਕੱਲ੍ਹ ਨੂੰ ਬੀਬੜੀਆਂ ਦਾ ਮੱਥਾ ਟੇਕਣਾ ਹੈ, ਤਾਂ ਉਹ ਸ਼ੀਤਲਾ ਮਾਤਾ ਦਾ ਮੱਥਾ ਟੇਕਣਾ ਹੁੰਦਾ ਹੈ। ਇੱਕ ਦਿਨ ਪਹਿਲਾਂ ਗੁਲਗੁਲੇ ਬਣਾਏ ਜਾਂਦੇ ਹਨ, ਤਾਂ ਅਗਲੇ ਦਿਨ ਸ਼ੀਤਲਾ ਮਾਤਾ ਨੂੰ ਮੱਥਾ ਟੇਕਿਆ ਜਾਂਦਾ ਹੈ। ਤਾਂ ਸ਼ੀਤਲਾ ਮਾਤਾ ਨੂੰ ਇੱਕ ਪਸ਼ੂ ਗਧਾ ਬਹੁਤ ਹੀ ਮਤਲਬ ਪਵਿੱਤਰ ਪਿਆਰਾ ਸੀ, ਤਾਂ ਉਸਦੀ ਪੂਜਾ ਕੀਤੀ ਜਾਂਦੀ ਹੈ, ਰਾਈਟ। ਤਾਂ ਇਹ ਜੋ ਹੈ ਸ਼ੀਤਲਾ ਮਾਤਾ ਦੇ ਲਈ ਇਹ ਮਨਾਇਆ ਜਾਂਦਾ ਹੈ। ਐਂਡ ਰੋਜ਼ਾ ਸ਼ਰੀਫ ਉਰਸ, ਇਹ ਇੱਕ ਸੂਫੀ ਸੰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਦੀ ਜੋ ਹੈ ਸਨਮਾਨ ਦੇ ਵਿੱਚ ਇਹ ਮਨਾਇਆ ਜਾਂਦਾ ਹੈ। ਲੋਕ ਉਹਨਾਂ ਦੀ ਦਰਗਾਹ ਦੇ ਉੱਤੇ ਇਕੱਠੇ ਹੁੰਦੇ ਹਨ। ਇਸ ਦਾ ਜੋ ਓਰੀਜਨ ਸੀ ਉਹ ਮੁਸਲਮਾਨਾਂ ਦਾ ਮਤਲਬ ਇਹ ਸੀ ਸ਼ੁਰੂਆਤ ਦੇ ਵਿੱਚ, ਲੇਕਿਨ ਬਾਅਦ ਦੇ ਵਿੱਚ ਹਿੰਦੂ ਧਰਮ ਦੇ ਲੋਕਾਂ ਨੇ ਵੀ ਇਸਨੂੰ ਬਹੁਤ ਹੀ ਸਨਮਾਨਪੂਰਵਕ ਮਨਾਉਣਾ ਸ਼ੁਰੂ ਕੀਤਾ ਅਤੇ ਲੋਕ ਇੱਥੇ ਇਕੱਠੇ ਹੋ ਕੇ ਮੱਥਾ ਟੇਕਦੇ ਹਨ, ਰਾਈਟ। ਫਤਿਹਗੜ੍ਹ ਗੁਰਦੁਆਰਾ ਸਾਹਿਬ ਦੀ ਵਿਸਿਨਿਟੀ ਦੇ ਵਿੱਚ ਇਹਨਾਂ ਦੀ ਜੋ ਹੈ ਸ਼ਰਾਈਨ ਹੈ, ਰਾਈਟ।
छपार फेयर यह गुग्गा पीर की याद के मनाया जाता है। गुग्गा पीर जो कि एक चौहान राजपूत सन, यह मनिया जाता है कि वह अपने घोड़े के नाल धरती दे विच समा गए सन। उन्होंने कोल कुछ स्पिरिचुअल पावर सन जिस दे नाल ओहो सप्पा नू अपने वस दे विच कर लेंदे सन, स्नेक्स नू। तां इह भादों दे महीने विच मनाया जाता है। आपां जानदे हां कि सावन भादों दे महीने दे विच सप्प निकलदे हन, राइट। तां जिमें कि जो पेंडू इलाके होंदे सन उत्थे आम ही हुंदा सी कि लोकां नू सप्प कट लेंदे सन, तां उसका इलाज इन्हां दी मड़ी ते जो है गुग्गे दी मड़ी ते कीता जांदा है, राइट। तां इसलिए लोकां दे विच इसकी बहुत ज़्यादा मान्यता है। गुग्गा नौमी भी गुग्गा पीर दे नाल ही रिलेटिड है। जन्माष्टमी तो अगले दिन सैलीब्रेट किया जाता है भादों के महीने दे विच, राइट। तो इत्थे भी मतलब सप्पां दीआं खुड्डां दे विच लोक दुध पाउंदे हन, उन्हां दी पूजा की जाती है। गुग्गा पीर दे रूप दे विच एक लंबी सोटी, मतलब जिसनों कि लाल कपड़ियां अते झंडियां दे नाल सजाया जाता है, इसकी पूजा की जाती है, ठीक है। तो जेड़े डिवोटिज इस दी पूजा करते हैं उन्होंने जाहिर पीर या फिर लाल बगीज दे नाम नाल जानिया जाता है, राइट। उस तो बाद है रोशनी फेयर एट जगराओं। लुधियाना के जगराओं विखे रोशनी फेयर, रोशनी दा मेला इसनों कहा जाता है, राइट। यह भी एक मुस्लिम पीर अब्दुल कादर जलानी की याद के मनाया जाता है। लोग उन्होंने दरगाह ते इस श्राइन ते इकट्ठे होके जो है अपनी मिट्टी के दीवे जलाउंदे हन, जिसनों कि चिराग कहा जाता है। तो दूरों यह रोशनी देखने दे विच बहुत सोहनी लगती है, इसलिए इसनों रोशनी का मेला कहा जाता है जगराओं विखे। शहीदी जोड़ मेला श्री गुरु गोबिंद सिंह जी के छोटे साहिबजादे फतेह सिंह अते जोरावर सिंह, जो कि बहुत छोटी उम्र दे विच एक दी कई इन्हां दी उमरां दा जो उल्लेख है वह कई अलग अलग जगह पर अलग अलग मिलता है। किते किते कहा जाता है कि दोनों साहिबजादियां दी उम्र 3 ते 5 साल सी, किते किते कहा जाता है कि 5 ते 7 साल सी। तां मतलब दोनों जो साहिबजादे सन 8-9 साल तो छोटी उम्र के सन, तो इन्नी छोटी उम्र के इन्नी बहादुरी उन्होंने दिखाई। तो सरहंद का जो नवाब सी वजीर खां उन्होंने इस्लाम कबूलन लई कहिंदा है, उन्होंने तरह तरह के जो है लालच दिंदा है, लेकिन दशमेश पिता दे जाए उस दी गल्लां दे विच नहीं आउंदे, उस दे सवालां दे मूंह तोड़ जवाब दिंदे हन, अते इसलिए उन्होंने जो है शहीद कर दिता जाता है, नीहां दे विच चिणवा दिता जाता है। तो सूबा सरहंद की बर्बरता इतों सामने आती है। श्री गुरु गोबिंद सिंह जी जदों जफरनामा लिखते हैं तो स्पेशली वो इस घटना का जिक्र करते हैं कि वड्डे साहिबजादे तो चमकौर की गड़ी के लड़ते हुए शहीद हो गए, लेकिन छोटे साहिबजादे जो कि हले बच्चे ही सन, बिल्कुल छोटे बच्चे सन, उन्होंने इन्नी बेरहमी के नाल कतल किया गया, इसलिए वह मुगलों नू, इसलिए वह औरंगजेब नू लानत पाते हैं, राइट। तो यह बहुत ही मतलब श्रद्धा के नाल शहीदी जोड़ मेला मनाया जाता है फतेहगढ़ गुरुद्वारा दे विच, जिथे कि मतलब लासानी शहादत छोटे साहिबजादियां दी होई सी। उस तो बाद आपां त्यौहारां दी गल करदे हाँ पंजाब दे, तां पंजाब दे विच बहुत सारे त्यौहार मनाए जाते हैं। इत्थे आपां थोड़े जे त्यौहारां दी गल करांगे तां बसंत पंचमी सब तो पहला बसंत रुत्त दी स्वागत करदा, बसंत रुत्त दा स्वागत करदा होया बसंत पंचमी। इस दिन पतंगा ने नाल आसमान भरिया हुंदा है, रंगला रंगला मतलब आसमान बन जाता है। पंजाब दे बठिंडा दे विच तां इह बहुत ही धूमधाम दे नाल मनाया जाता है बसंत पंचमी। लोग पीले कपड़े पहनते हैं, पीले रंग दे चावल बनाते हैं, राइट। तां क्योंकि इस दिन सरों नू जो है फुल पै जाता है, सरों मतलब जो खेत हैं पंजाब के वह सरों के नाल लहलहाते हैं, पीले पीले जापते हैं, बहुत ही सोहना दृश्य होंदा है, राइट। तो यह बसंत रुत्त दी आगमन के लिए यह सैलीब्रेट किया जाता है। कपूरथला जो कि प्रिंसली स्टेट सी उसके महाराजा जगतजीत सिंह ने इसनों सब तो पहला मनाना शुरू किया। नेक्स्ट है होला मोहल्ला। होली तो एक दिन पहला यह मनाया जाता है होला मोहल्ला। इसकी जो है इतिहासिक महत्ता है, श्री गुरु गोबिंद सिंह जी ने सिखा का शक्तिकरण किया सी, तां उन्हां नू सिंह नवाजिया सी आनंदपुर साहिब विखे, तां इसे लई यह होला मोहल्ला जो है मनाया जाता है। इत्थे इस दे विच गतकेबाजी, नेज़ेबाजी, तीरअंदाजी एंड तलवारबाजी इतों का मुख आकर्षण होंदे हन। मार्शल आर्ट्स
ਮਤਲਬ ਸਿੱਖ ਆਪਣਾ ਜੋ ਆਪਣਾ ਜੋ ਮਤਲਬ ਜੋਸ਼ੀਲਾ ਅੰਦਾਜ਼ ਸਿੱਖਾਂ ਦਾ ਇੱਥੇ ਦੇਖਣ ਨੂੰ ਮਿਲਦਾ ਹੈ। ਬਹੁਤ ਹੀ ਹੁਮ ਹੁਮਾ ਕੇ ਇਸ ਨੂੰ ਮਨਾਇਆ ਜਾਂਦਾ ਹੈ। ਵਿਸਾਖੀ, ਫਸਲਾਂ ਦੀ ਮੁੱਕ ਗਈ ਰਾਖੀ, ਉਹ ਜੱਟਾ ਆਈ ਵਿਸਾਖੀ। ਪੂਰਾ ਸਾਲ ਫਸਲਾਂ ਦੀ ਦੇਖ ਰੇਖ ਕਰਦਿਆਂ ਹੋਇਆਂ, ਫਸਲਾਂ ਨੂੰ ਮਤਲਬ ਧਿਆਨ ਫਸਲਾਂ ਦਾ ਧਿਆਨ ਰੱਖਦਿਆਂ ਹੋਇਆਂ, ਪੂਰੇ ਸਾਲ ਦੀ ਕਿਸਾਨ ਦੀ ਮਿਹਨਤ ਰੰਗ ਲਿਆਉਂਦੀ ਹੈ ਅਤੇ ਰਬੀ ਦੀ ਫਸਲ ਦੀ ਵਾਢੀ ਦਾ ਟਾਈਮ ਆਉਂਦਾ ਹੈ ਤਾਂ ਕਿਸਾਨ ਦੀ ਜੋ ਚਿਹਰੇ ਦਾ ਗਰੂਰ ਹੈ ਉਹ ਦੇਖਦਿਆਂ ਹੀ ਬਣਦਾ ਹੈ। ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੁੰਦਾ। ਮਿਹਨਤ ਦਾ ਫਲ ਜਦੋਂ ਮਿਲਦਾ ਹੈ ਤਾਂ ਕਿਸ ਤਰ੍ਹਾਂ ਲੱਗਦਾ ਹੈ ਇਹ ਆਪਾਂ ਬਖੂਬੀ ਸੋਚ ਸਕਦੇ ਹਾਂ। ਤਾਂ ਵਿਸਾਖੀ ਦਾ ਇਤਿਹਾਸਿਕ ਮਹੱਤਵ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤਾਂ ਸਿੱਖਾਂ ਦੇ ਵਿੱਚ ਇਸ ਦਿਨ ਦਾ ਹੋਰ ਵੀ ਮਤਲਬ ਮਹੱਤਵ ਵੱਧ ਜਾਂਦਾ ਹੈ। ਇਸੇ ਦਿਨ 13 ਅਪ੍ਰੈਲ ਵਾਲੇ ਦਿਨ ਹੁੰਦੀ ਹੈ ਵਿਸਾਖੀ, ਤਾਂ ਇਸੇ ਦਿਨ ਜਲਿਆਂਵਾਲੇ ਬਾਗ ਦਾ ਸਾਕਾ ਵੀ ਹੋਇਆ ਸੀ, ਰਾਈਟ। ਤਾਂ 13 ਅਪ੍ਰੈਲ ਜੋ ਹੈ ਰੋਮਨ ਕੈਲੰਡਰ ਦੇ ਅਕੋਰਡਿੰਗ 13 ਅਪ੍ਰੈਲ ਬਣਦਾ ਹੈ ਇਹ ਦਿਨ, ਅਤੇ ਜੇ ਆਪਾਂ ਸਾਕਾ ਕੈਲੰਡਰ ਦੀ ਗੱਲ ਕਰੀਏ ਤਾਂ ਇਸ ਦਿਨ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਵਿਸਾਖੀ ਵਾਲੇ ਦਿਨ, ਰਾਈਟ। ਤਾਂ ਲੋਕ ਗਿੱਧਾ ਭੰਗੜਾ ਪਾਉਂਦੇ ਹਨ, ਤਾਂ ਖੁਸ਼ੀਆਂ ਮਨਾਉਂਦੇ ਹਨ, ਖੁਸ਼ੀਆਂ ਵਿੱਚ ਝੂਮਦੇ ਹਨ, ਮੇਲੇ ਦੇ ਵਿੱਚ ਜਾਂਦੇ ਹਨ, ਤਾਂ ਇਹ ਬਹੁਤ ਹੀ ਧੂਮਧਾਮ ਦੇ ਨਾਲ ਇਸ ਨੂੰ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈ। ਗੁਰਪੁਰਬ, ਗੁਰਪੁਰਬ ਭਾਵ ਗੁਰੂ ਪਲੱਸ ਪਰਵ, ਗੁਰੂ ਦਾ ਤਿਉਹਾਰ। ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ 'ਤੇ ਗੁਰਪੁਰਬ ਮਨਾਇਆ ਜਾਂਦਾ ਹੈ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਗੁਰਪੁਰਬ ਮਨਾਇਆ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਕੱਤਕ ਮਾਸ ਦੀ ਪੂਰਨਮਾਸੀ ਨੂੰ ਹੁੰਦਾ ਹੈ, ਤਾਂ ਇੱਕ ਦਿਨ ਪਹਿਲਾਂ ਅਖੰਡ ਪਾਠ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਨਗਰ ਕੀਰਤਨ ਦੇ ਵਿੱਚ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ, ਰਾਈਟ, ਸ਼ਰਧਾਲੂ ਆਉਂਦੇ ਹਨ। ਤਾਂ ਗੁਰਪੁਰਬ ਦੇ ਵਿੱਚ ਇਸ ਦਿਨ ਜੋ ਹੈ ਘਰਾਂ ਦੇ ਵਿੱਚ ਦੀਪਮਾਲਾ ਵੀ ਕੀਤੀ ਜਾਂਦੀ ਹੈ ਗੁਰਦੁਆਰਿਆਂ ਦੇ ਵਿੱਚ। ਨਿਮਾਣੀ ਕਾਸਤੀ, ਇਹ ਜੋ ਓਰਿਜਨਲ ਵਰਡ ਹੈ ਉਹ ਨਿਰਜਲਾ ਇਕਾਦਸ਼ੀ ਹੈ। ਸੰਸਕ੍ਰਿਤ ਦੇ ਵਰਡ ਇਕਾਦਸ਼ੀ ਦਾ ਮੀਨਿੰਗ ਹੈ 11, ਤਾਂ ਜੇਠ ਦੇ ਮਹੀਨੇ ਦੇ 11ਵੇਂ ਦਿਨ ਨਿਰਜਲਾ ਇਕਾਦਸ਼ੀ ਮਨਾਈ ਜਾਂਦੀ ਹੈ। ਨਿਰਜਲਾ ਮਤਲਬ ਬਿਨਾਂ ਪਾਣੀ ਤੋਂ, ਨਿਰਜਲ। ਤਾਂ ਹਿੰਦੂ ਔਰਤਾਂ ਇਸ ਦਿਨ ਆਪਣਾ ਵਰਤ ਰੱਖਦੀਆਂ ਹਨ ਜੋ ਕਿ ਬਿਨਾਂ ਪਾਣੀ ਤੋਂ ਹੁੰਦਾ ਹੈ, ਤਾਂ ਬਹੁਤ ਹੀ ਔਖਾ ਇਹ ਫਾਸਟ ਹੁੰਦਾ ਹੈ, ਵਰਤ ਹੁੰਦਾ ਹੈ। ਤਾਂ ਜੋ ਲੋਕ ਸੇਵਾ ਭਾਵਨਾ ਰੱਖਦੇ ਹਨ ਦੂਸਰਿਆਂ ਦੇ ਪ੍ਰਤੀ ਉਹ ਇਸ ਦਿਨ ਛਬੀਲਾਂ ਲਗਾਉਂਦੇ ਹਨ, ਸ਼ਰਬਤ ਵਰਤਾਉਂਦੇ ਹਨ, ਰੰਗ ਬਿਰੰਗੇ ਸ਼ਰਬਤ ਇਸ ਦਿਨ ਵਰਤਾਏ ਜਾਂਦੇ ਹਨ, ਤਾਂ ਜੋ ਮੁਸਾਫਿਰ ਰਸਤਿਆਂ 'ਚੋਂ ਜਾ ਰਹੇ ਹੁੰਦੇ ਹਨ ਜਾਂ ਹੋਰ ਲੋਕ, ਉਹਨਾਂ ਨੂੰ ਥੋੜ੍ਹਾ ਜਿਹਾ ਗਰਮੀ ਤੋਂ ਨਿਜਾਤ ਮਿਲੇ, ਰਾਈਟ। ਤਾਂ ਇਹ ਪੰਜਾਬ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਜੋ ਔਰਤਾਂ ਹਨ ਇਸ ਦਿਨ ਚੰਦਨ ਦਾ ਲੇਪ ਵੀ ਆਪਣੇ ਸਰੀਰ 'ਤੇ ਕਰਦੀਆਂ ਹਨ। ਤੀਆਂ, ਤੀਆਂ ਬਣਿਆ ਹੈ ਧੀ ਪਲੱਸ ਆ ਤੋਂ, ਮਤਲਬ ਤੀਆਂ, ਧੀਆਂ ਆਪਣੇ ਘਰ ਆਉਂਦੀਆਂ ਹਨ, ਤਾਂ ਉਸਦੇ ਉਪਲਕਸ਼ ਦੇ ਵਿੱਚ ਤੀਆਂ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸਾਵਨ ਦੀ ਤੀਜ ਇਸ ਨੂੰ ਕਹਿੰਦੇ ਹਨ, ਰਾਈਟ। ਸਾਵਨ ਦਾ ਜੋ ਮਹੀਨਾ ਹੁੰਦਾ ਹੈ ਇਹ ਜੋ 4 ਮਹੀਨੇ ਹੁੰਦੇ ਹਨ, ਜੇਠ, ਹਾੜ, ਸਾਉਣ, ਭਾਦੋਂ ਅਤੇ ਅੱਸੂ, ਹਾੜ, ਸਾਉਣ, ਭਾਦੋਂ, ਅੱਸੂ, ਜੂਨ, ਜੁਲਾਈ, ਅਗਸਤ, ਸੈਪਟੈਂਬਰ, 4 ਮਹੀਨਿਆਂ ਨੂੰ ਚੌਮਾਸਾ ਕਿਹਾ ਜਾਂਦਾ ਹੈ, ਜਦੋਂ ਮਤਲਬ ਬੱਦਲਵਾਈ ਛਾਈ ਹੁੰਦੀ ਹੈ, ਹਵਾ ਲਹਿਰਾ ਰਹੀ, ਹਵਾ ਮਤਲਬ ਕਿ ਵਗ ਰਹੀ ਹੁੰਦੀ ਹੈ, ਬਾਰਿਸ਼ਾਂ ਦਾ ਮੌਸਮ ਹੁੰਦਾ ਹੈ, ਤਾਂ ਬਹੁਤ ਹੀ ਸੁਹਾਵਣਾ ਜਿਹਾ ਹੋ ਜਾਂਦਾ ਹੈ ਮੌਸਮ। ਗਰਮੀ ਤੋਂ ਬਾਅਦ ਬਾਰਿਸ਼ਾਂ ਹੁੰਦੀਆਂ ਹਨ, ਤਾਂ ਬਹੁਤ ਹੀ ਸੋਹਣਾ ਮੌਸਮ ਹੁੰਦਾ ਹੈ। ਲੜਕੀਆਂ ਜੋ ਆਪਣੇ ਸਹੁਰੇ ਘਰ ਤੋਂ ਆਪਣੇ ਪੇਕੇ ਘਰ ਆਉਂਦੀਆਂ ਹਨ ਤੀਆਂ ਸੈਲੀਬ੍ਰੇਟ ਕਰਨ ਦੇ ਲਈ, ਸੋਹਣੇ ਸੂਟ ਪਾਉਂਦੀਆਂ ਹਨ, ਗਿੱਧੇ ਪਾਉਂਦੀਆਂ ਹਨ, ਇੱਕ ਦਿਨ ਪਹਿਲਾਂ ਮਹਿੰਦੀ ਲਗਾਉਂਦੀਆਂ ਹਨ, ਤਾਂ ਪੀਂਘ ਝੂਟਦੀਆਂ ਹਨ, ਤਾਂ ਇਹ ਤਿਉਹਾਰ ਜੋ ਹੈ ਉਹਨਾਂ ਦੇ ਵਿੱਚ ਬਹੁਤ ਹੀ ਧੂਮਧਾਮ ਅਤੇ ਖੁਸ਼ੀਆਂ ਦੇ ਨਾਲ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਹੈਰੀਟੇਜ ਫੈਸਟੀਵਲਸ ਦੀ ਗੱਲ ਕਰੀਏ ਤਾਂ ਰੂਪਨਗਰ ਹੈਰੀਟੇਜ ਫੈਸਟੀਵਲ, ਕਪੂਰਥਲਾ ਹੈਰੀਟੇਜ ਫੈਸਟੀਵਲ, ਅੰਮ੍ਰਿਤਸਰ ਹੈਰੀਟੇਜ ਫੈਸਟੀਵਲ। ਹੈਰੀਟੇਜ ਫੈਸਟੀਵਲ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਨੂੰ ਦਿਖਾਉਣ ਦੇ ਲਈ, ਦੁਨੀਆ ਮਤਲਬ ਲੋਕਾਂ ਨੂੰ ਇਸ ਦੇ ਦਿਖਾਉਣ ਦੇ ਲਈ ਇਹ ਸੈਲੀਬ੍ਰੇਟ ਕੀਤੇ ਜਾਂਦੇ ਹਨ। ਹੈਰੀਟੇਜ ਕਪੂਰਥਲਾ ਹੈਰੀਟੇਜ ਫੈਸਟੀਵਲ, ਬਾਬਾ ਜੱਸਾ ਸਿੰਘ ਆਲੂਵਾਲੀਆ ਹੈਰੀਟੇਜ ਫੈਸਟੀਵਲ ਦੇ ਨਾਮ ਨਾਲ ਮਸ਼ਹੂਰ ਹੈ, ਜਿਸਨੂੰ ਕਿ ਪੰਜਾਬ ਸਰਕਾਰ ਦਾ ਸਹਿਯੋਗ ਵੀ ਪ੍ਰਾਪਤ ਹੈ, ਰਾਈਟ। ਅੰਮ੍ਰਿਤਸਰ ਹੈਰੀਟੇਜ ਫੈਸਟੀਵਲ ਮਨਾਇਆ ਜਾਂਦਾ ਹੈ ਤਾਂ ਜੋ ਅੰਮ੍ਰਿਤਸਰ ਨੂੰ ਪੂਰੀ ਦੁਨੀਆ ਦੇ ਵਿੱਚ ਸੈਲਾਨੀ ਕੇਂਦਰ ਦੇ ਵਜੋਂ ਪ੍ਰਮੋਟ ਕੀਤਾ ਜਾ ਸਕੇ, ਤਾਂ ਜੋ ਦੂਰੋਂ ਦੂਰੋਂ ਇੱਥੇ ਟੂਰਿਸਟ ਆਉਣ ਅਤੇ ਇਸਨੂੰ ਅੰਮ੍ਰਿਤਸਰ ਦੇ ਵਿੱਚ ਮਤਲਬ ਦੇਖਣ, ਪੰਜਾਬ ਦੇ ਸੱਭਿਆਚਾਰ ਨੂੰ ਅਤੇ ਇੱਥੋਂ ਦਾ ਜੋ ਇਤਿਹਾਸਿਕ ਮਹੱਤਵ ਹੈ ਅੰਮ੍ਰਿਤਸਰ ਦਾ ਉਹ ਲੋਕਾਂ ਨੂੰ ਪਤਾ ਲੱਗੇ।
ਤਾਂ ਇਸ ਤੋਂ ਇਲਾਵਾ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਤਿਉਹਾਰ ਜਿਵੇਂ ਕਿ ਆਪਾਂ ਜਾਣਦੇ ਹੀ ਹਾਂ, ਲੋਹੜੀ ਹੋ ਗਿਆ, ਦੀਵਾਲੀ, ਦੁਸਹਿਰਾ, ਰੱਖੜੀ ਮਨਾਈ ਜਾਂਦੀ ਹੈ, ਤਾਂ ਜਿਸ ਦੇ ਬਾਰੇ ਆਪਾਂ ਆਮ ਤੌਰ 'ਤੇ ਜਾਣਦੇ ਹੀ ਹਾਂ। ਲੋਹੜੀ ਪੰਜਾਬ ਦਾ ਮੁੱਖ ਤਿਉਹਾਰ ਹੈ। ਲੋਹੜੀ 13 ਜਨਵਰੀ ਨੂੰ ਮਨਾਈ ਜਾਂਦੀ ਹੈ। ਜਨਵਰੀ ਦੀ ਠੰਡ ਦੇ ਵਿੱਚ ਧੂਣੀ ਪਾ ਕੇ ਉਸਦੇ ਆਲੇ ਦੁਆਲੇ ਬੈਠਣ ਦਾ, ਗੁੜ ਅਤੇ ਆਪਣਾ ਗੱਚਕ ਵਗੈਰਾ ਖਾਣ ਦਾ ਬਹੁਤ ਆਪਣਾ ਹੀ ਮਜ਼ਾ ਹੁੰਦਾ ਹੈ। ਭੰਗੜੇ ਪਾਉਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਲੋਹੜੀ ਦਾ ਥੋੜ੍ਹਾ ਜਿਹਾ ਇਤਿਹਾਸਿਕ ਮਹੱਤਵ ਹੈ। ਦੁੱਲਾ ਪੱਟੀ ਜੋ ਸੀ, ਦੁੱਲਾ ਪੱਟੀ ਪਾਕਿਸਤਾਨੀ ਪੰਜਾਬ ਦੇ ਲਾਹੌਰ ਦੇ ਨੇੜੇ ਇੱਕ ਪਿੰਡ ਸੀ ਪੱਟੀਆਂ। ਉੱਥੋਂ ਦਾ ਦੁੱਲਾ ਪੱਟੀ ਦਾ ਜ਼ਿਕਰ ਆਉਂਦਾ ਹੈ, ਜਿਸਨੇ ਕਿ ਮਿਡੀਵਲ ਟਾਈਮਸ ਦੇ ਵਿੱਚ ਜੋ ਮੁਗਲ ਸਨ ਉਹਨਾਂ ਦੇ ਖਿਲਾਫ ਮੁਹਿੰਮ ਛੇੜੀ ਸੀ। ਆਲਦੋ ਇਹਦਾ ਮਤਲਬ ਕਿ ਕੋਈ ਰਿਕਾਰਡਡ ਹਿਸਟਰੀ ਦੇ ਵਿੱਚ ਕਿਤੇ ਵੀ ਕੋਈ ਉਲੇਖ ਨਹੀਂ ਮਿਲਦਾ ਦੁੱਲਾ ਪੱਟੀ ਦਾ, ਲੇਕਿਨ ਕਿਹਾ ਜਾਂਦਾ ਹੈ ਕਿ ਇਸਨੇ ਮੁਗਲਾਂ ਨੂੰ ਮਤਲਬ ਬਹੁਤ ਹੀ ਤੰਗ ਕੀਤਾ ਹੋਇਆ ਸੀ। ਮੁਗਲਾਂ ਮਤਲਬ ਜੋ ਅਮੀਰ ਲੋਕ ਹੁੰਦੇ ਸਨ ਉਹਨਾਂ ਤੋਂ ਧਨ ਲੈ ਕੇ, ਉਹਨਾਂ ਤੋਂ ਮਤਲਬ ਕੁਝ ਮਾਲ ਵਗੈਰਾ ਇਹ ਖੋਹ ਲੈਂਦਾ ਸੀ ਅਤੇ ਗਰੀਬਾਂ ਦੇ ਵਿੱਚ ਵੰਡਦਾ ਸੀ। ਇਸਨੂੰ ਰੋਬਿਨ ਹੁੱਡ ਆਫ ਪੰਜਾਬ ਕਿਹਾ ਜਾਂਦਾ ਸੀ। ਦੁੱਲਾ ਪੱਟੀ ਨੂੰ ਕੁੜੀ ਦਾ ਸਾਲੂ ਪਾਟਾ, ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਟੀ ਵਾਲਾ ਹੋ, ਦੁੱਲੇ ਧੀ ਵਿਆਹੀ। ਤਾਂ ਉਸਨੇ ਸੁੰਦਰ ਅਤੇ ਮੁੰਦਰੀ ਦੋ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਸਨ। ਉਦੋਂ ਤੋਂ ਪੰਜਾਬ ਦੇ ਵਿੱਚ ਲੋਹੜੀ ਬਹੁਤ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ, ਰਾਈਟ? ਤਾਂ ਇਸਦਾ ਆਪਣਾ ਹੀ ਇਤਿਹਾਸਿਕ ਮਹੱਤਵ ਹੈ, ਤਾਂ ਤੁਸੀਂ ਇਹ ਯਾਦ ਰੱਖ ਸਕਦੇ ਹੋ। ਸੋ ਅੱਜ ਇੰਨਾ ਹੀ। ਥੈਂਕ ਯੂ ਸੋ ਮੱਚ।